हाँ जसवीर सिंह जी कदों है सी तो मिनी गैस्ट्रिक बाईपास? 8 तरीक नू 8 फरवरी 2012 सॉरी 1 साल 7 महीने हाँ जी हो गए। 7 महीने ठीक है। किन्ना भार सी तो पिछले साल? आज के ना 110 47 किलो भार कर रहे हैं। और क्या दिक्कत आती सी तुहानू ऑपरेशन तो पहला? पहले तो ब्लड प्रेशर की प्रॉब्लम सी। हाँ जी वो सी सांस चढ़ता सी सांस बंद सी। कराड़े बैठते सी? हाँ काफी। ਹੋਰ ਵੀ ਪ੍ਰੋਬਲਮ ਸੀਗਾ, ਬੈਠੇ ਬੈਠੇ ਨੀਂਦ ਆ ਜਾਂਦੀ ਸੀ, ਇਦਾਂ ਦੀ ਕਾਫੀ ਪ੍ਰੋਬਲਮ ਸੀ। ਆਪਰੇਸ਼ਨ ਤੋਂ ਬਾਅਦ ਕਿਵੇਂ ਆ ਸਰ? ਕੋਈ ਪ੍ਰੋਬਲਮ ਨਹੀਂ, ਬਿਲਕੁਲ ਠੀਕ ਹੈ। ਠੀਕ। ਆਪਰੇਸ਼ਨ ਦੇ ਦੌਰਾਨ ਜਾਂ ਆਪਰੇਸ਼ਨ ਤੋਂ ਬਾਅਦ ਕੋਈ ਦਿੱਕਤ ਆਈ ਤੁਹਾਨੂੰ? ਨਹੀਂ ਕੋਈ ਖਾਸ ਕੋਈ ਦਿੱਕਤ ਨਹੀਂ। ਅੱਛਾ ਜੀ। ਤੇ ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ 'ਚ ਕੀ ਫਰਕ ਲੱਗਦਾ ਤੁਹਾਨੂੰ? ਬਹੁਤ ਜ਼ਿਆਦਾ ਫਰਕ ਪੈ ਗਿਆ। ਮੈਂ ਜਿਵੇਂ ਆਪਣਾ ਅੱਜ ਤੋਂ 10 ਸਾਲ ਪਹਿਲਾਂ ਮਹਿਸੂਸ ਕਰਦਾ ਸੀ, ਉਦਾਂ ਦਾ ਮਹਿਸੂਸ ਕਰ ਰਿਹਾ। ਜੋ ਮੇਰੇ 2-3 ਸਾਲ ਪਿੱਛੇ ਜ਼ਿਆਦਾ ਹੋ ਗਏ ਸੀਗੇ, ਭਾਰ ਵਧਣ ਕਰਕੇ ਉਹ ਪ੍ਰੋਬਲਮ ਨਹੀਂ, ਸਾਰੀਆਂ ਠੀਕ ਰਹੀਆਂ। ਸਕਿਉਰਿਟੀ ਵਗੈਰਾ ਦੀ ਦਿੱਕਤ ਤਾਂ ਨਹੀਂ ਆਉਂਦੀ ਖਾਣ ਪੀਣ? ਨਹੀਂ ਕਦੇ ਵੀ ਕਦੇ ਮਨ ਕੱਚਾ, ਜਿਵੇਂ ਲੋਕ ਕਹਿੰਦੇ ਸੀ ਵੀ ਇੱਦਾਂ, ਕੋਈ ਕੋਈ ਪ੍ਰੋਬਲਮ ਨਹੀਂ। ਮਲਟੀ ਵਿਟਾਮਿਨ ਕੈਲਸ਼ੀਅਮ ਵਾਲੇ ਸਪਲੀਮੈਂਟ ਲੈ ਰਹੇ ਹੋ? ਹਾਂ ਤਕਰੀਬਨ ਮਲਟੀ ਵਿਟਾਮਿਨ ਲੈ ਰਹੇ ਮੈਂ। ਤੇ ਡਾਈਟ ਵਧੀਆ ਲੈ ਰਹੇ? ਹਾਂਜੀ ਆਪਣੀ ਡਾਈਟ ਵਧੀਆ ਲੈਣੀ ਹੈ ਤੇ ਮਲਟੀ ਵਿਟਾਮਿਨ ਲੈਂਦੇ ਰਹਿਣਾ। ਠੀਕ ਹੈ ਜੀ। ਤੇ ਬਲੱਡ ਦੇ ਟੈਸਟ ਵੀ ਸਾਲ 'ਚ 1-2 ਵਾਰੀ ਕਰਾਉਂਦੇ ਰਹਿਣਾ। ਠੀਕ ਹੈ ਜੀ। ਥੈਂਕ ਯੂ।